ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋੜਾ ਫਾਟਕ ਰੇਲ ਹਾਦਸੇ ਵਿੱਚ ਮਰੇ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਗਿੱਲ ਵੱਲੋਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ, ਵਿਕਾਸ ਗਿੱਲ, ਸ਼ਮਸ਼ੇਰ ਸਿੰਘ ਸ਼ੇਰਾ, ਅਜੇ ਬੀਰਪਾਲ ਸਿੰਘ ਰੰਧਾਵਾ ਅਤੇ ਕਈ ਅਕਾਲੀ ਆਗੂ ਹਾਜ਼ਰ ਰਹੇ। घर वाले जबरे हो गए थे ना, तो लाइन पर तो बोले थे हमारे को भी साथ लगा था, तो बोले जब हॉस्पिटल में गए तो कहते हैं नौकरी देंगे, बच्चे को राशन देंगे, हर महीने कुछ नहीं दिए हैं राशन वशन। सरकार की तरफ से कुछ मिला है? हाँ मिला था, बाकी वो लेकर के क्या करेंगे, जब मेरा घर वाला चला गया तो 5-5 लाख रुपया दिए थे बस, उसके बाद कोई बात नहीं पूछने आए, ना राशन पूछने आए, ना कहे नौकरी देंगे, नौकरी भी नहीं दिए, कहते राशन हर महीने देंगे वो भी नहीं दिए। हमारे घर वाले के इतने हाथ भी कट गया था, पूरे वही दम तोड़ दिए लाइनों पर। एक कैंडल मार्च श्रोमणी अकाली दल अंबरसर शहरी वालों रखा गया ही, बहुत वड्डी तादाद जिथे श्रोमणी अकाली दल दे वर्कर साहबान आए ने, उत्थे सारे ही जिहड़े परिवार सी जिन्हां ने अपने जी उस रेल हादसे विच जौड़ा फाटक दे विच गवाए सी, वो आप अपनी दुख भरी कहानी सुनाउण नूं वास्ते आए, क्योंकि पिछे जे भी जिथे श्रोमणी अकाली दल ने बड़ा वड्डा उदों हंगाला मारिया ही। देखो ओपोजिशन च असी एक गल कर सकदे हां, पर मीडिया ने उस गल नूं जिहड़ा चक्किया सी, ते सिद्धू परिवार जां सरकार छेती छेती जिहड़े इहनां दी ਬਾਤ ਪੁੱਛਣ ਆ ਗਈ ਸੀ, ਇਹਨੂੰ ਕੁਛ ਪੈਸੇ ਵੀ ਦਿੱਤੇ, ਪਰ ਇਹਨਾਂ ਦਾ ਕਹਿਣਾ ਵੀ ਸਾਨੂੰ ਜਿਹੜੀਆਂ ਨੌਕਰੀਆਂ ਦਾ ਝੂਠਾ ਲਾਤਾ ਉਹ ਨੌਕਰੀਆਂ ਨਹੀਂ ਮਿਲੀਆਂ, ਨਾ ਹੀ ਸਾਡੇ ਇਲਾਜ ਵਾਸਤੇ ਜਦੋਂ ਹਸਪਤਾਲ ਤੋਂ ਹਫ਼ਤਾ 10 ਦਿਨ ਬਾਅਦ ਇਹ ਛੁੱਟੀਆਂ ਮਿਲ ਗਈਆਂ, ਇਹਨਾਂ ਨੂੰ ਕੋਈ ਇਹਨਾਂ ਦੇ ਇਲਾਜ ਵਾਸਤੇ ਦੁਬਾਰਾ ਨਹੀਂ ਕਰ ਰਿਹਾ, ਕੋਈ ਹੋਰ ਇਹਨਾਂ ਨੂੰ ਰਾਸ਼ਨ ਜਿਹੜਾ ਕੋਈ ਮਿਲ ਰਿਹਾ ਨਹੀਂ, ਸਿੱਧੂ ਬਾਤ ਨਹੀਂ ਪੁੱਛਿਆ, ਕੁਛ ਸਮਾਜ ਸੇਵੀ ਸੰਤਾਂ ਨੇ ਥੋੜ੍ਹਾ ਥੋੜ੍ਹਾ ਜਿੰਨਾ ਸਰਦਾ ਪੁਰਜਾ ਉਹ ਰਾਸ਼ਨ ਨਹੀਂ ਵੀ ਪਹੁੰਚਾਇਆ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਇਹਨਾਂ ਦੇ ਇਲਾਜ ਦੀ ਹੋਰ ਵੀ, ਕਿਉਂਕਿ ਕਈਆਂ ਦੇ ਦੁਬਾਰਾ ਆਪਰੇਸ਼ਨ ਹੋਣੇ ਨੇ, ਕਈਆਂ ਦੀ ਨਿੱਕੇ ਮੋਟੇ ਹੋਰ ਵੀ ਨੁਕਸ ਪਏ ਨੇ, ਉਹ ਇਲਾਜ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਰਾਮਦਾਸ ਹੋਸਪਿਟਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਜਾਂ ਦਵਾਈ ਦਾ ਵੀ ਜਿਹੜਾ ਇੰਤਜ਼ਾਮ ਹੈ, ਪਰ ਅਸੀਂ ਸਰਕਾਰ ਤੋਂ ਸਿੱਧੂ ਤੋਂ ਪੁੱਛਣਾ ਚਾਹੁੰਦੇ ਵੀ ਇਹਨਾਂ ਦੀ ਨੌਕਰੀਆਂ ਕਿੱਥੇ ਨੇ, ਉਹ ਬੱਚਿਆਂ ਦਾ ਜਿਹੜਾ ਉਦੋਂ ਜੱਫੀਆਂ 'ਚ ਲੈ ਕੇ ਚੰਗੇ ਸਕੂਲਾਂ 'ਚ ਐਡਮਿਸ਼ਨ ਐਪ ਸਾਰੀ ਗੱਲ ਦੱਸੀ ਆ, ਸੋ ਉਹਨਾਂ ਦੇ ਉੱਪਰ ਇੰਪਲੀਮੈਂਟੇਸ਼ਨ ਹੋਵੇ। ਵੇਖੋ ਜੀ, ਸਾਡੇ ਵੱਲੋਂ ਯੋਗਦਾਨ ਪੂਰੇ ਅੰਮ੍ਰਿਤਸਰ ਸ਼ਹਿਰੀ ਵੱਲੋਂ ਬੀਬੀਆਂ ਜਿਹੜੀਆਂ ਸਾਰੀਆਂ ਗਰੀਬ ਲੋਕਾਂ ਨੂੰ ਹੱਕ ਦਿਵਾਉਣ ਵਾਸਤੇ ਇੱਥੇ ਪਹੁੰਚੀਆਂ ਨੇ। ਅੱਜ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਹੈ ਦੁਸਹਿਰੇ ਵਾਲੇ ਦਿਨ, ਜੋ ਕਿ 60 ਤੋਂ 70 ਲੋਕ ਜਿਹੜੇ ਆ ਮਾਰੇ ਗਏ ਸੀ ਟ੍ਰੇਨ ਦੇ ਵਿੱਚ, ਇਹਨਾਂ ਦੀ ਅਣਗਹਿਲੀ ਕਾਰਨ, ਇਹ ਸਿੱਧੂ ਜੋੜਾ ਜਿਹੜਾ ਵਾ ਇਹ ਪਹਿਲਾਂ ਇਹਨਾਂ ਨੂੰ ਕਹਿੰਦਾ ਸੀਗਾ ਵੀ ਇਹਨਾਂ ਦੇ ਬੱਚੇ ਜਿਹੜੇ ਮੈਂ ਅਡੋਪਟ ਕਰਾਂਗਾ, ਇਹਨਾਂ ਨੂੰ ਘਰ ਘਰ ਨੌਕਰੀ ਦੇਵਾਂਗਾ, ਇਹਨਾਂ ਨੂੰ ਮਹੀਨੇ ਬਾਅਦ ਰਾਸ਼ਨ ਦੇਵਾਂਗਾ, ਅਤੇ ਇਹਨਾਂ ਨੂੰ ਜਿਹੜੀ ਪੱਕੀ ਪੈਨਸ਼ਨ ਇਹਨਾਂ ਦੀ ਮੈਂ ਲਾਵਾਂਗਾ। ਹੁਣ ਇਹ ਗਰੀਬ ਲੋਕ ਉਹਨਾਂ ਦੇ ਘਰਾਂ ਤੱਕ ਪਹੁੰਚਦੇ ਨੇ, ਜਿਹੜੇ ਇਹਨਾਂ 5-5 ਲੱਖ ਰੁਪਈਆ ਦਿੱਤਾ ਸੀਗਾ ਉਹ ਇਹਨਾਂ ਦੇ ਇਲਾਜ 'ਤੇ ਲੱਗ ਚੁੱਕਾ। ਹੁਣ ਕੋਈ ਤੜਫ ਰਿਹਾ ਆ, ਕੋਈ ਗਰੀਬ ਔਰਤ ਤੜਫ ਰਹੀ, ਕਿਸੇ ਦੀ ਮਾਂ ਤੜਫ ਰਹੀ, ਕਿਸੇ ਦਾ ਭਰਾ ਤੜਫ ਰਿਹਾ। ਅੱਜ ਇਹ ਜਾਂਦੇ ਨੇ ਸਿੱਧੂ ਜੋੜੇ ਦੇ ਘਰ, ਅੱਜ ਉਹਨਾਂ ਨੂੰ ਜਿਹੜਾ ਵਾ ਸਤਿ ਸ਼੍ਰੀ ਅਕਾਲ ਵੀ ਨਹੀਂ ਕੀਤੀ ਜਾਂਦੀ ਵੀ ਤੁਸੀਂ ਹੈਗੇ ਜੇ ਜਾਂ ਮਰ ਗਏ ਜੇ। ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਅੱਜ ਕੈਂਡਲ ਮਾਰਚ ਕੀਤਾ ਗਿਆ ਵਾ, ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਇਹਨਾਂ ਦੀ ਬਾਂਹ ਫੜਨਗੇ ਅਤੇ ਇਹਨਾਂ ਦਾ ਇਲਾਜ ਵੀ ਕਰਨਗੇ ਅਤੇ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਵੀ ਦਿਵਾਉਣਗੇ। ਇਹਨਾਂ ਨੂੰ ਜੋ ਸਰਕਾਰ ਨੇ ਵਾਅਦੇ ਕੀਤੇ ਸੀਗੇ, ਇਹਨਾਂ ਸਿੱਧੂ ਸਾਹਿਬ ਨੇ ਵਾਅਦੇ ਕੀਤੇ ਸੀਗੇ, ਉਹ ਵਾਅਦੇ ਪੂਰੇ ਕੀਤੇ ਜਾਣ। ਵੇਖੋ 4 ਮਹੀਨੇ ਹੋ ਗਏ, ਪਰਿਵਾਰ ਵਿਚਾਰੇ ਹੁਣ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ। ਕਈਆਂ ਦੇ ਪਰਿਵਾਰਾਂ ਦੇ ਜੀ ਜਿਹੜੇ ਸੀਗੇ ਉਹ ਰੋਜ਼ੀ ਰੋਟੀ ਕਮਾਉਣ ਵਾਲੇ ਸੀਗੇ ਜਿਹੜੇ ਚਲੇ ਗਏ ਦੁਨੀਆ, ਔਰ ਉਹਨਾਂ ਦੇ ਤੁਸੀਂ ਅੱਜ ਸਾਰਿਆਂ ਦੇ ਦੁੱਖ ਵੀ ਸੁਣੇ ਆ, ਅਤੇ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਹਾਲਾਤ ਵੇਖੋ ਕਿ ਉਹਨਾਂ ਦੇ ਕਿਹੋ ਜਿਹੇ ਹਾਲਾਤ ਬਣੇ ਆ, ਔਰ ਸਰਕਾਰ ਉਹਨਾਂ ਨਾਲ ਵਾਅਦੇ ਕਰਕੇ ਬਾਅਦ 'ਚ ਉਹਨਾਂ ਦੀ ਬਾਤ ਤੱਕ ਨਹੀਂ ਪੁੱਛੀ। ਅੱਜ ਅਸੀਂ ਇਹਨਾਂ ਲੋਕਾਂ ਦੀ ਆਵਾਜ਼ ਉਠਾਈ ਆ ਕਿ ਇਹਨਾਂ ਸਰਕਾਰ ਦੇ ਸਿੱਧੂ ਜੋੜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਵੇ ਕਿ ਤਾਂ ਕਿ ਲੋਕ ਜਿਹੜੇ ਆ ਵਿਚਾਰੇ ਦੁਖੀ ਆ ਇਹਨਾਂ ਦੇ ਵਿੱਚ ਜਾਣ, ਇਹਨਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਇਹਨਾਂ ਨੂੰ ਘਰ ਘਰ ਨੌਕਰੀ ਦੇਣ, ਕੋਈ ਨੌਕਰੀ ਮਿਲਣ ਦੇ ਨਾਲ ਕੋਈ ਇਹਨਾਂ ਦੇ ਵਿਚਾਰਿਆਂ ਦੇ ਕੋਈ ਰੋਟੀ ਦਾ ਸਾਧਨ ਬਣ ਜੂਗਾ। ਕੋਈ ਕਈਆਂ ਦੇ ਜਿਹੜੇ ਮੈਂ ਵੇਖਿਆ ਕਿ 3-3 ਮਹੀਨਿਆਂ ਤੋਂ ਕਈਆਂ ਦੇ ਜਿਹੜੇ ਆ ਕਿਰਾਏ ਨਹੀਂ ਦਿੱਤੇ ਗਏ ਮਕਾਨਾਂ ਦੇ, ਅਤੇ ਫਿਰ ਉਹ ਦੇਖੋਗੇ ਬਹੁਤ ਹਾਲਾਤ ਜਿਹੜੇ ਇਹਨਾਂ ਲੋਕਾਂ ਦੇ ਮਾੜੇ ਆ, ਔਰ ਅਸੀਂ ਅੱਜ ਕੈਂਡਲ ਮਾਰਚ ਇਸ ਕਰਕੇ ਕੱਢਿਆ ਕਿ ਇਹਨਾਂ ਨੂੰ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਪੱਕੀ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ, 5-5 ਲੱਖ ਦੇ ਦਿੱਤਾ, ਜਿਹੜੀ ਪੱਕੀ ਨੌਕਰੀ ਦਾ ਵਾਅਦਾ ਕੀਤਾ ਉਹ ਵੀ ਦਿੱਤੀ ਜਾਵੇ। ਵੇਖੋ ਜੀ, ਪੈਸਾ ਜਿਹੜਾ ਪਰਿਵਾਰ ਦਾ ਜੀ ਚਲ ਗਿਆ, ਪੈਸਾ ਉਹਦੇ ਲਈ ਕੁਛ ਨਹੀਂ ਗਾ,
ਜਿਹੜਾ ਜੀ ਚਲ ਗਿਆ ਉਹਦੇ ਲਈ ਪੈਸਾ ਕੋਈ ਚੀਜ਼ ਨਹੀਂ ਆ, ਪਰ ਫਿਰ ਵੀ ਚਲੋ ਜੇ ਉਹ ਉਹਨਾਂ ਦੇ ਕਹਿਣ ਮੁਤਾਬਕ ਆ ਕਿ ਜਿਹੜਾ ਪੰਜ ਪੰਜ ਦਿੱਤਾ ਉਹ ਤਾਂ ਸਾਡੇ ਅਜੇ ਤੱਕ ਬਾਕੀ ਮੈਂਬਰਾਂ ਦੇ ਇਲਾਜ 'ਤੇ ਲੱਗ ਗਿਆ, ਸਾਡੇ ਅਜੇ ਜਿਹੜੇ ਇਲਾਜ ਉਹ ਵੀ ਅਧੂਰੇ ਆ, ਪੰਜ ਪੰਜ ਲੱਖ ਲਾਉਣ ਤੋਂ ਬਾਅਦ ਵੀ ਇਲਾਜ ਜਿਹੜੇ ਅਧੂਰੇ ਆ, ਉਹ ਇਲਾਜ ਦਾ ਵੀ ਅਸੀਂ ਹੁਣ ਕੋਈ ਨਾ ਕੋਈ ਹੱਲ ਕਰਾਂਗੇ, ਅਸੀਂ ਹਾਈਕਮਾਂਡ ਨਾਲ ਗੱਲ ਕੀਤੀ ਆ ਉਹਨਾਂ ਦੇ ਇਲਾਜ ਜਿਹੜੇ ਉਹ ਵੀ ਅਸੀਂ ਕਰਾਵਾਂਗੇ ਹੁਣ, ਪਰ ਇਹ ਆ ਕਿ ਜਿਹੜੀ ਸਰਕਾਰ ਆ ਜਿਹਨੇ ਇਹਨਾਂ ਦੀ ਹੁਣ ਬਿਲਕੁਲ ਲਵਾਰਸ ਕਰਤਾ ਉਹਨਾਂ